ਕੇ ਨਿੱਤ ਹੀ ਨਵੇਂ ਤਮਾਸ਼ੇ ਲੋਕਾਂ ਦੇ ਵਿੱਚ ਵੰਡਦਾ ਹਾਸੇ ਕਰਕੇ ਨਿੱਤ ਹੀ ਨਵੇਂ ਤਮਾਸ਼ੇ ਬਾਰਾਂ ਵਿੱਚੋਂ ਚੌਵੀ ਘੰਟੇ ਰਹਿੰਦਾ ਹਾਂ ਪਰਸਨ ਚੱਲਾ ਨੰਬਰ ਵਨ ਮੈਂ ਹਾਂ ਚੱਲਾ ਨੰਬਰ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਉਹ ਫਿੱਟੇ ਮੂੰਹ ਤੇਰੇ ਉਹ ਪਤੰਦਰਾ ਬਾਰੀ ਬਰਸੀ ਖੱਟਣ ਤੂੰ ਕਿਹੜਾ ਟੌਂਗ ਲੈ ਕੇ ਜਾਣਾ ਸੀ ਉਹ ਤੂੰ ਖੱਟ ਕੇ ਤਾਂ ਕੋਈ ਚੱਜ ਦੀ ਚੀਜ਼ ਲੈ ਆਉਂਦਾ ਅਖੇ ਖੱਟ ਕੇ ਲਿਆਂਦੇ ਡੱਡੂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਦੋਂ ਮੈਂ ਬਾਰੀ ਬਰਸੀ ਖੱਟ ਕੇ ਮੁੜਿਆ ਤਾਂ ਤੇਰੇ ਵਰਗਾ ਡੱਡੂ ਖਾਣਾ ਸੱਪ ਹੀ ਮਿਲਣਾ ਭਲਾ ਤੂੰ ਹੀ ਦੱਸ ਮੈਨੂੰ ਖੱਟਣ ਗਏ ਨੂੰ ਤੇਰੀ ਪਸੰਦ ਦੇ ਗੰਦ ਗਡੋਲੇ ਨਹੀਂ ਮਿਲੇ ਤਾਂ ਮੈਂ ਡੱਡੂ ਹੀ ਲਿਆਉਣੇ ਸੀ ਗੱਲਾਂ ਮਾਰਦਾ ਜਦੋਂ ਵੀ ਕੋਈ ਚੱਜ ਦਾ ਕੰਮ ਕਰਨ ਲੱਗੋ ਜਦੇ ਆ ਕੇ ਹਨੇਰਾ ਕੁੱਪ ਕਰ ਦਿੰਦਾ ਕਾਲਾ ਸ਼ਾਹ ਉਹ ਝੱਲਿਆ ਤੂੰ ਤਾਂ ਮੈਨੂੰ ਮਿਲਦੇ ਸਾਰ ਹੀ ਤਾਜ ਆ ਗਿਆ ਉਹ ਤੂੰ ਬੋਲੀ ਸੁਣਾ ਸੁਣਾ ਅੱਗੇ ਹੁਣ ਮੈਂ ਨਹੀਂ ਬੋਲਦਾ ਸਿਰਫ ਸੁਣੂਗਾ ਉਂਗਲ ਤੇ ਮੂੰਹ ਰੱਖ ਕੇ ਪਤਾ ਨੀ ਕੌਣ ਸਵੇਰੇ ਸਵੇਰੇ ਇਹਦਾ ਸੰਗਲ ਖੋਲ ਦਿੰਦਾ ਬਈ ਚਲੋ ਜੇ ਸੰਗਲ ਖੋਲਣਾ ਹੀ ਆ ਕਮ ਸੇ ਕਮ ਇਹਦੇ ਮੂੰਹ ਤੋਂ ਛਿੱਕੂ ਤਾਂ ਨਾ ਲਾਹੋ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਕਿਉਂ ਕਰਦਾ ਚਿੱਤ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਵਾਹ ਏ ਕਲਮਾ ਦਿਆ ਵਾਰਸਾ ਤੂੰ ਪਵਾਵੇਂਗਾ ਮਿੱਤਰਾਂ ਨੂੰ ਛਿੱਤਰ ਤੂੰ ਫੇਰ ਰਿੰਗਿਆ ਆਦਤ ਜਾਂਦੀ ਨਹੀਂ ਰੱਸਾ ਚੱਬਣ ਦੀ ਗੱਲ ਸੁਣੋ ਏ ਵੱਡਿਆ ਸਿਆਣਿਆ ਮੈਂ ਬੋਲਾਂ ਨਾ ਤਾਂ ਹੋਰ ਕੀ ਕਰਾਂ ਨਾ ਤੇਰੀ ਬੋਲੀ ਦਾ ਕੋਈ ਮਤਲਬ ਨਿਕਲਦਾ ਏ ਨਾ ਕੋਈ ਕਾਫੀਆ ਜੁੜਦਾ ਏ ਗੱਲ ਜੀ ਨਹੀਂ ਬਣੀ ਓਏ ਗੱਲ ਚਾਹੇ ਬਣੇ ਚਾਹੇ ਨਾ ਕਾਫੀਆ ਚਾਹੇ ਜੁੜੇ ਚਾਹੇ ਨਾ ਮਤਲਬ ਚਾਹੇ ਨਿਕਲੇ ਚਾਹੇ ਨਾ ਓਏ ਬੋਲੀ ਸੁਣ ਕੇ ਖਰਮਸਤੀ ਜੀ ਤਾਂ ਲੜਨ ਲੱਗ ਹੀ ਜਾਂਦੀ ਆ ਓਏ ਇਹੋ ਜੀ ਬੋਲੀ ਕਿਤੇ ਸਟੇਜ ਤੇ ਜਾ ਕੇ ਨਾ ਪਾ ਦੀ ਹੁਣ ਲੋਕ ਬੜੇ ਸਿਆਣੇ ਆ ਉਹ ਤੇਰੀ ਖਰਮਸਤੀ ਦੂਏ ਲੋਟ ਹੀ ਲਾਉਣਗੇ ਇਹੋ ਜਿਹਾ ਮੌਕਾ ਤੁਸੀਂ ਸਾਂਭਿਆ ਕਰੋ ਮੂਹਰੇ ਹੋ ਕੇ ਹੋਰ ਤੁਹਾਡੇ ਵਰਗੇ ਯਾਰਾਂ ਨੂੰ ਫੋੜੇ ਤੇ ਲਾਉਣਾ ਰਗੜ ਕੇ ਦੇਖ ਤਾਂ ਗੱਲਾਂ ਕਰਦਾ ਉਹ ਪਿਛਲੀ ਵਾਰ ਝੱਲੇ ਦੀਆਂ ਝੱਲੀਆਂ ਕੈਸਟ ਵੇਲੇ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਤਾਈਓ ਲੋਕਾਂ ਨੇ ਦੇਖ ਕਿੰਨੀਆਂ ਤਾੜੀਆਂ ਮਾਰੀਆਂ ਸੀ ਬਾਈ ਆਫਟਰ ਆਲ ਮੈਂ ਵੀ ਪੰਜਾਬ ਦਾ ਸਟਾਰ ਹਾਂ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਸਹੀ ਫਰਮਾਇਆ ਤੂੰ ਧੁੱਤਿਆ ਬਿਲਕੁਲ ਸਹੀ ਫਰਮਾਇਆ ਕੀ ਭਲਾ ਆਹੀ ਵੀ ਰਿੱਛ ਵੀ ਕਾਲਾ ਤੇ ਤੂੰ ਵੀ ਕਾਲਾ ਉਹ ਛੱਡ ਯਾਰ ਤੇਰੇ ਨਾਲ ਮਗਜ਼ ਖਪਾਈ ਕਰਨਾ ਤਾਂ ਮੱਝ ਮੂਰੇ ਬੀਨ ਵਜਾਉਣ ਵਾਲੀ ਗੱਲ ਹੈ ਤੂੰ ਐ ਦੱਸ ਵੀ ਆ ਤੂੰ ਲਿਖਣ ਕੀ ਲੱਗਿਆ ਸਵੇਰੇ ਸਵੇਰੇ ਓਏ ਧੁੱਤਿਆ ਮੈਂ ਆਪਣੀ ਨਵੀਂ ਕੈਸਟ ਲਈ ਮੈਟਰ ਲਿਖਣ ਲੱਗਿਆ ਸੀ ਉਹ ਸੱਚੀ ਚੱਲਿਆ ਕੈਸਟ ਲਈ ਮੈਟਰ ਉਹ ਚੱਲਿਆ ਮੈਨੂੰ ਵੀ ਕੋਈ ਰੋਲ ਦੇ ਦੇਗਾ ਐਤਕੀ ਕੋਈ ਛੋਟਾ ਮੋਟਾ ਹੀ ਓਏ ਰੋਲ ਤਾਂ ਮੈਂ ਤੈਨੂੰ ਜਮਾ ਦਿਉਂ ਧੁੱਤਿਆ ਪਰ ਕੀ ਮੇਰਾ ਬਜਟ ਹਿੱਲ ਜਾਣਾ ਬਜਟ ਹਿੱਲ ਜਾਣਾ ਪਰ ਚੱਲਿਆ ਉਹ ਮੈਂ ਕਿਹੜਾ ਤੈਥੋਂ ਪੈਸੇ ਮੰਗਦਾ ਓਏ ਪੈਸੇ ਤੈਨੂੰ ਦੇਂਦਾ ਵੀ ਕੌਣ ਹੈ ਭੈੜੀਏ ਔਲਾਦੇ ਮੈਂ ਤੇਰੇ ਰੰਗ ਦੀ ਗੱਲ ਕਰਦਾ ਕਾਲਾ ਅੱਛਾ ਕਿਉਂ ਕਾਲੇ ਰੰਗ ਦੇ ਬੰਦੇ ਕਿਤੇ ਕਲਾਕਾਰ ਨਹੀਂ ਬਣ ਸਕਦੇ ਨਾਲੇ ਕਾਲੇ ਰੰਗ ਨਾਲ ਬੈਠਦਾ ਕੀ ਸੰਬੰਧ ਹੈ ਸੰਬੰਧ ਕਿਉਂ ਨੀ ਤੈਨੂੰ ਪਤਾ ਮੇਰੀ ਸ਼ੂਟਿੰਗ ਹੈ ਰਾਤ ਨੂੰ ਓਏ ਪਤੰਦਰਾ ਤੂੰ ਤਾਂ ਸਿਖਰ ਦੁਪਹਿਰੇ ਖੜਾ ਨਹੀਂ ਦੀਂਦਾ ਰਾਤ ਨੂੰ ਤੈਨੂੰ ਦੇਖਣ ਦਿਖਾਉਣ ਲਈ 10 ਵੱਡੀਆਂ ਸਰਚ ਲਾਈਟਾਂ 10 ਕਿਲੋ ਟੈਲਕਮ ਪਾਊਡਰ 2 ਕਿਲੋ ਕਰੀਮ 2 ਦਰਜਨ ਰੇਡੀਅਮ ਪੇਪਰ 750 ਬਸ ਰਹਿਣ ਦੇ ਵੱਡਾ ਅੰਗਰੇਜ਼ ਐਵੇਂ ਮੇਰੇ ਤੇ ਤਵਾ ਲਾਈ ਜਾਣਾ ਮੈਂ ਤੇਰੇ ਤੇ ਤਵਾ ਕਿੱਥੇ ਲਾਉਣਾ ਤੂੰ ਤਾਂ ਖੜਾ ਹੀ ਸ਼ੀਸ਼ੇ ਮੂਹਰੇ ਆ ਉਹ ਮਾੜਾ ਮੋਟਾ ਸ਼ਰਮ ਲਿਆਜ ਕਰ ਅੱਧਾ ਘੰਟਾ ਹੋ ਗਿਆ ਤੇਰੇ ਕੋਲ ਆਏ ਨੂੰ ਉਹ ਨਾ ਕੋਈ ਚਾਹ ਨਾ ਕੋਈ ਪਾਣੀ ਉਹ ਰਾਮੂ ਆ ਅੰਦਰੋਂ ਪਾਣੀ ਦਾ ਗਲਾਸ ਲਿਆਈ ਕਿਰਾ ਵਿੱਚ ਇੱਕ ਚਮਚਾ ਖੰਡ ਵੀ ਪਾ ਲਈ ਉਹ ਚੱਲਿਆ ਇਹ ਕੀ ਪਾਣੀ ਦੇ ਗਲਾਸ ਵਿੱਚ ਖੰਡ ਦਾ ਚਮਚਾ ਓਏ ਧੁੱਤਿਆ ਅੱਜ ਕੱਲ ਗੈਸ ਸਿਲੰਡਰਾਂ ਦੀ ਬੜੀ ਕਿੱਲਤ ਚੱਲਦੀ ਆ ਆ ਤੂੰ ਹੀ ਪਾਣੀ ਨੂੰ ਭੋਰਾ ਘੂਰ ਕੇ ਵੇਖ ਲਈ ਚਾਹ ਬਣ ਜੂ ਚੱਲਿਆ ਤੇਰੇ ਨਾਲ ਜਿੱਦਣ ਦਾ ਕੋਈ ਫਾਇਦਾ ਨਹੀਂ ਮੂਰਖ ਕੋ ਸਮਝਾਈਏ ਘਰ ਪਈਏ ਕਾ ਜਾਏ ਚੱਲ ਤੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਆ ਕਾਪੀ ਪੈਨ ਮੈਨੂੰ ਫੜਾ ਦੇਖਾਂ ਤਾਂ ਤੂੰ ਨਵੀਂ ਕੈਸਟ ਬਾਰੇ ਕੀ ਲਿਖਿਆ ਹੈ ਪਰੇ ਹਟ ਪਰੇ ਮਸਾਂ ਮੈਂ ਟੋਟ ਕੇ ਲੱਭ ਲੱਭ ਲਿਖਦਾ ਤੂੰ ਤਾਂ ਕਾਲਾ ਜਿਹਾ ਹੱਥ ਫੇਰ ਕੇ ਮੇਰਾ ਕਾਗਜ਼ੀ ਕਾਲਾ ਕਰ ਦੇਗਾ ਓਏ ਬਾਜ ਆ ਜਾ ਬਾਜ ਆ ਜਾ ਹਟ ਜਾ ਮੇਰੇ ਰੰਗ ਤੇ ਤਵਾ ਲਾਉਣੋ ਤੇਰੇ ਰੰਗ ਤੇ ਤਵਾ ਲੱਗਣ ਤੋਂ ਪਹਿਲਾਂ ਤਵਾ ਸਵਾਹ ਚ ਜਾ ਲੁਕਦਾ ਸ਼ਰਮ ਨਾਲ ਮੈਂ ਤੇਰੇ ਰੰਗ ਤੇ ਤਵਾ ਕੀ ਲਗਾਉਣਾ ਉਹ ਗੱਲ ਸੁਣੇ ਵੱਡਿਆ ਅੰਗਰੇਜ਼ਾ
जे मेरा रंग काला है एदे विच मेरा की कसूर है? कसूर आउदी बेबे नू पुछ जिनू हरेक चीज राड़ के पकाउंदी आदत है। ओ गल सुन, तू एवें जवानी दे बुलबुले वांगू वधदा ही जाना है, वधदा ही जाना है। मैं तेरा धुआं कढ दूं। धुआं तां तेरे महल्ले चो उदन ही बथेरा निकलिया सी जिद्दां तू जम्मिया सी। लोकां दी अखां चो हफ्ता पानी नहीं सी सुक्या तेरी धुआख नाल। वेखदा की आ, बुढ़िया रोज तेरी बेबे नू कहंदियां सी भी धन कुरे तू मुंडा जम्मै के रद्दी टायर साण दा ठेका लिया। यार हद हो गई तेरे वाली भी, मैं चलिया। जरा परां होके चली, किते अंदर ही भब्बल ना ता दी, मैं हुणे नहा के आया। चंगा फिर। ओ माई डियर तूते, ओए तू तां गुस्सा कर गया। ओ यार तैनू ते पता है मेरी लुतरो नहीं टिकदी, बथेरा कंट्रोल करदा पर फिसली जांदी आ। फिसल जांदी है इहदी लुतरो? तेरी ऐसे लुतरो करके तू हुण तक छड़ा फिरदा है, हुण नू व्याह ना हो जांदा तेरा। ओए तूतिया, व्याह ते हो जाना सी मेरा, पर कोई कारोबार सेट ना होण करके कुड़ी वाले जवाब देगे। ओ अज कल थां थां ते तांत्रिक बैठे आ, जां किसे होर साध सूद नू अपनी कुंडली दस पुछ लिंदा। आपदी बेही सलाह आपदे कोल ही रख। मैं गया सी बाबा बुथी चट कोल, मैं कहा बाबा जी कोई जेहा मंत्र मारो जिहदे नाल मेरा व्याह हो जे। फिर की कहंदा बाबा? बाबा कहंदा, भगता जे कोई जेहा मंत्र हुंदा फिर कमलिया मैं साधका तो बनदा। वाकिया चलिया, कुछ नहीं हुंदा इन्ना साधा संतां कोल, जादू मंत्रां दी माड़ी मोटी कला हुंदी आ, जिहदे आसरे भोले भाले लोकां नूं बुद्धू बना के अपना तोरी फुलका चलाई रखदे आ। हाथ दी सफाई हुंदी आ सारी। तूतिया हाथ दी सफाई भी कोई आम खास बंदा नहीं विखा सकदा। क्यों? हाथ दी सफाई तां मेरा बापू भी दिखाउंदा हुंदा सी, बड़े शो कीते उहने स्कूलां विच। पर मैं सुणिया हरेक वारी उहदी सफाई फड़ी जांदी सी। जा ओए जा, जे मैं अपने बापू दीआं गल्लां दस्सां तां तूं हैरान रहि जाएगा। बापू दीआं गल्लां? हां, जदों मेरे बापू दा व्याह होया ओ मेरी बेबे कोल गया ते देख लै मैं हो गया। ओए फिर ए सवा जादू आ, जादू तां इहनूं तां मन्नदे वी व्याह तों बाद तेरा बापू तेरी बेबे कोले जांदा ही ना ते तूं फेर हुंदा। ओए तूं करदा विदेशी जादू दी गल, भरावा ए इंडिया इंडिया अमरीका नहीं। ओए अमरीका दे हाथ दी सफाई दा तां कहने की आ, उत्थे तां साइंस अते टेक्नोलॉजी दा जादू चलदा है। तैनू पता पिछे जे मैं अमरीका गया सी? आहो भाई, जांदे दा ही मेरा एक्सीडेंट हो गया, मेरी खब्बी अख ही निकल गई सी, पर सदके जाइए उत्थों दे डाक्टरां दे, उन्होंने तुरंत मेरे नवी अख लाती। अख भी की दी? अमरीका दे फिल्म निर्देशक टिमी जार्डन दी, जड़ा उदों ताजा ताजा ही मरिया सी। ताइयों एक चीज तेरी सज्जी अख विच हैगी आ ते खब्बी च नहीं। केड़ी चीज? शर्म। ताही मैं हुण समझिया। हैं, की समझिया? ओए तूतिया आही भी जदों मैं कोई मलका शरावत वर्गी कुड़ी वेखदा है तां मेरी खब्बी अख खुली रहिंदी आ ते सज्जी अख शर्म नाल बंद हो जांदी आ। फिर तां चलिया, तेरी अमेरिकन अख तेरे इंडियन छित्र भी बड़े पवांदी हो। लैन लगी रहिंदी आ साडे घर दे बाहर कुड़ियां दी। इंडियन छित्रां दा ब्रांड एंबेसडर तू ही होवेगा, प्राणी जेल दे जंगाले जिंदरे अरगा काला मूह आ गल्लां करदा है। ना तू जे अपने आप नूं सन्नी देओल समझदा है तां असीं भी किसे तों घट नहीं, साडी गल भी कुछ होर ही आ मित्रा। तेरी गल होर होण करके ही मैं तैनूं इक सलाह दिंदा बिलकुल मुफ्त। मुफ्त सलाह? ओ केड़ी? तू रोज पाइया मच्छी खा के उपरो अद्धा किलो दुध पिया कर। ओए कातो तू मेरे फुलवैरी करौनी है? ओ चल 50% ता चिट्टा हो ही जाएगा फुलवैरी नाल, हाले मौसम सहाना जा होजू, ऐ लगू जिवें काली रात नूं अंबरां ते बदल छाए हुंदे आ, नाले कुड़ी चिड़ी भी झाक लिया करू बहाने नाल। ओए कुड़ी चिड़ी दे बच्चा, ओए मैं ता जिथों लंघ जाना हफ्ता बो नहीं जांदी। ओए बो नहीं, मैनू वेख के ता सोहणियां सोहणियां कुड़ियां नक ते रुमाल रख लैंदियां। ओए बेवकूफा, कुड़ियां मैनू प्यार नाल कुत्ता कह के पुचकारदियां ने। भौंकना बंद कर ओए, कई कुड़ियां ता करदिया तो चोरी मैनू रात दी बेही रोटी भी पा के जांदियां। ओए चलिया, तू की जानदा मेरे कोल किन्नियां कुड़ियां दे सैंडल सांभे पए ने। ओ सैंडल नहीं बेअकला, लैटर लैटर सांभे पए ने, उन्हां विच सोहणे सोहणे शेर भी लिखे हुंदे आ।